ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਸਿਵਲ ਹੋਸਪਿਟਲ ਏਕ ਟੂ ਸੇਵਾ ਸੰਸਥਾ ਗੁਰਪ੍ਰੀਤ ਜੀ ਇੱਥੇ ਆਓ ਗੁਰਪ੍ਰੀਤ ਜੀ ਇਹ ਸਾਰੇ ਦੋਸਤ, ਮੈਨੂੰ ਵੀ ਬਹੁਤ ਵੱਡਾ ਮਾਣ ਆ ਕਿ ਮੈਂ ਏਕ ਟੂ ਸੇਵਾ ਸੰਸਥਾ ਦਾ ਮੈਂਬਰ ਹਾਂ। ਉਹ ਸੰਸਥਾ ਜਿਹੜੀ ਜਿਵੇਂ ਆਪਾਂ ਲੰਗਰ ਲਾਉਂਦੇ ਹਾਂ, ਟੋਸਟਾਂ ਦਾ, ਪਕੌੜਿਆਂ ਦਾ, ਚਾਹ ਦਾ, ਜਲੇਬੀਆਂ ਦਾ, ਛੋਲੇ ਪੂੜੀਆਂ ਦਾ, ਸੋ ਇਹ ਸੰਸਥਾ ਗਰੀਬ ਪੇਸ਼ੈਂਟ ਵਾਸਤੇ ਦਵਾਈਆਂ ਦਾ ਲੰਗਰ ਲਾਉਂਦੀ, ਇਲਾਜ ਦਾ ਲੰਗਰ ਲਾਉਂਦੀ, ਜਿਹਦੀ ਅੱਜ ਸਾਡੇ ਸਮਾਜ ਨੂੰ ਬਹੁਤ ਵੱਡੀ ਪੱਧਰ 'ਤੇ ਜ਼ਰੂਰਤ ਹੈ। ਸਾਡੇ ਸਮਾਜ ਨੂੰ ਜ਼ਰੂਰਤ ਹੈ ਵਿੱਦਿਆ ਦੇ ਲੰਗਰ ਦੀ, ਬੁੱਕਸ ਦਾ ਲੰਗਰ, ਫੀਸਾਂ ਦਾ ਲੰਗਰ। ਗਰੀਬ ਦਾ ਮੂੰਹ ਅਤੇ ਗੁਰੂ ਦੀ ਗੋਲਕ, ਪਰ ਅਸੀਂ ਮੇਰਾ ਖਿਆਲ ਮਜੋਰਿਟੀ ਦੇ ਵਿੱਚ ਉਲਟ ਪਾਸੇ ਨੂੰ ਤੁਰ ਪਏ। ਅਸੀਂ ਮੰਦਰ ਗੁਰਦੁਆਰੇ ਦੇ ਉੱਤੇ ਸੋਨਾ ਚਾਂਦੀ, ਹੀਰੇ ਜਵਾਹਰਾਤ, ਸੰਬੰਧ, ਮੈਂ ਨਹੀਂ ਕਹਿੰਦਾ ਵੀ ਇਹ ਮਾੜੀ ਗੱਲ ਆ, ਬਹੁਤ ਚੰਗੀ ਗੱਲ ਆ, ਪਰ ਸਭ ਤੋਂ ਪਹਿਲਾਂ ਮਾਨਵਤਾ ਦੀ ਸੇਵਾ, ਦੁਖੀਆਂ ਦੀ ਸੇਵਾ, ਜ਼ਰੂਰਤਮੰਦਾਂ ਦੀ ਜ਼ਰੂਰਤ ਪੂਰੀ ਕਰਨਾ। ਸੋ ਮੈਂ ਏਕ ਟੂ ਸੇਵਾ ਸੰਸਥਾ ਦਾ ਜਿਹੜਾ ਸਿਵਲ ਹੋਸਪਿਟਲ ਦੇ ਵਿੱਚ ਆ ਕਾਊਂਟਰ ਲੱਗਿਆ ਹੋਇਆ ਨਾ, ਜਿਹੜਾ ਬਹੁਤ ਸਾਰੇ ਬੇਈਮਾਨ ਮਾਫੀਆ ਡਾਕਟਰ ਜਿਹੜੇ ਆ ਚਿੱਟੇ ਕੋਟਾਂ ਦੇ ਵਿੱਚ, ਜਿਹੜੇ ਬੇਈਮਾਨੀ ਦਾ ਵੱਡਾ ਚੋਲਾ ਪਾਈ ਫਿਰਦੇ ਆ, ਉਹ ਬਹੁਤ ਵਾਰੀ ਇਸ ਕਾਊਂਟਰ ਨੂੰ ਚੱਕ ਕੇ ਉਹ ਉੱਥੇ ਸੁੱਟੇ ਆਉਂਦੇ ਆ। ਉਹ ਕਹਿੰਦੇ ਲੈ ਜਾਓ ਚੱਕ ਕੇ ਇੱਥੇ, ਕਿਉਂਕਿ ਜਿਹੜੀਆਂ ਦਵਾਈਆਂ ਅੰਦਰ ਨਹੀਂ ਹੈਗੀਆਂ ਸਟੋਰਾਂ ਦਾ ਪਤਾ ਹੀ ਆਪਾਂ ਨੂੰ, ਸਿਵਲ ਹੋਸਪਿਟਲਾਂ ਦਾ ਕੈਸਾ ਹਾਲ ਆ, ਅਤੇ ਫਿਰ ਉਹ ਚਿੱਟ ਲਿਖਦੇ ਆ ਵੀ ਬਾਹਰ ਜਾਓ, ਸਾਹਮਣੇ ਦੁਕਾਨਾਂ ਹੈਗੀਆਂ ਮੈਡੀਕਲ ਸਟੋਰ ਪ੍ਰਾਈਵੇਟ, ਕਿਉਂਕਿ ਉੱਥੋਂ ਕਮਿਸ਼ਨ ਫਿਕਸ ਹੋਈ ਹੋਈ ਹੈ ਇਹਨਾਂ ਦੀ। ਸੋ ਸਾਡਾ ਯਤਨ ਸਾਰੇ ਦੋਸਤਾਂ ਦਾ, ਲੁਧਿਆਣਾ ਵਾਸੀਆਂ ਦਾ ਯਤਨ ਹੈ ਕਿ ਅਸੀਂ ਏਕ ਨੂਰ ਸੇਵਾ ਸੰਸਥਾ, ਜਿਹਦੀ ਮੈਂ ਮਿਸਾਲ ਅਕਸਰ ਬਹੁਤ ਵੱਡੇ ਵੱਡੇ ਪ੍ਰੋਗਰਾਮਾਂ 'ਚ ਜਾ ਕੇ ਵੀ ਦੇਖ ਕੇ ਆਉਣਾ, ਵੀ ਜੇ ਸਹੀ ਸੇਵਾ ਹੁੰਦੀ ਦੇਖਣੀ ਹੈ ਤਾਂ ਫਿਰ ਸਿਵਲ ਹੋਸਪਿਟਲ ਲੁਧਿਆਣਾ 'ਚ। ਅੱਜ ਸਰਦਾਰ ਮੋਹਨ ਸਿੰਘ ਜੀ ਲੰਬੜਦਾਰ ਲੁਹਾਰੇ ਤੋਂ ਮੇਰੇ ਕਰੀਬੀ ਦੋਸਤ, ਇਹਨਾਂ ਦੇ ਮਾਤਾ ਜੀ ਸੁਰਗਵਾਸ ਹੋ ਗਏ ਜਦੋਂ ਮੈਂ ਭੋਗ 'ਤੇ ਗਿਆ, ਅਤੇ ਸੰਗਤ ਦਾ ਧੰਨਵਾਦ ਕਰਨ ਦੀ ਜ਼ਿੰਮੇਵਾਰੀ ਮੇਰੀ ਲੱਗੀ। ਮੈਂ ਮਾਤਾ ਨੂੰ ਸ਼ਰਧਾਂਜਲੀ ਦਿੰਦੇ ਹੋਏ, ਸੰਗਤ ਦਾ ਧੰਨਵਾਦ ਕਰਦੇ ਹੋਏ ਮੋਹਣਾ ਜੀ ਨੂੰ, ਲੁਹਾਰਾ ਸਾਹਿਬ ਲੰਬੜਦਾਰ ਜੀ ਹੋਰਾਂ ਨੂੰ ਬੇਨਤੀ ਕੀਤੀ ਵੀ ਏਕ ਨੂਰ ਲਈ, ਮਾਤਾ ਦੀ ਯਾਦ ਦੇ ਵਿੱਚ ਜਿੱਥੇ ਤੁਸੀਂ ਮੰਦਰ ਗੁਰਦੁਆਰਾ ਸਕੂਲ ਨੂੰ ਮਾਇਆ ਦਿੱਤੀ ਆ, ਅਤੇ ਥੋੜ੍ਹੀ ਜਿਹੀ ਮਾਇਆ ਮਾਂ ਦੀ ਯਾਦ ਦੇ ਵਿੱਚ ਏਕ ਨੂਰ ਸੰਸਥਾ ਨੂੰ ਵੀ ਦਿਓ, ਤਾਂ ਜਿਹੜਾ ਉੱਥੇ ਮੈਡੀਸਨ ਦਾ ਲੰਗਰ ਚੱਲ ਰਿਹਾ, ਦਵਾਈਆਂ ਦਾ, ਇਲਾਜ ਦਾ ਲੰਗਰ ਚੱਲ ਰਿਹਾ ਉਹ ਵੀ। ਸੋ ਇਹਨਾਂ ਨੇ ਮਾਤਾ ਜੀ ਦੀ ਯਾਦ ਦੇ ਵਿੱਚ 21,000 ਰੁਪਈਆ ਏਕ ਨੂਰ ਸੰਸਥਾ ਨੂੰ ਗਰੀਬਾਂ ਦੇ ਇਲਾਜ ਵਾਸਤੇ ਭੇਟ ਕੀਤਾ। ਮੇਰੀ ਤੁਹਾਨੂੰ ਵੀ ਬੇਨਤੀ ਹੈ, ਆਪਣੇ ਪੁਰਖਿਆਂ ਦੀ ਯਾਦ ਦੇ ਵਿੱਚ, ਦਾਦੇ ਦਾਦੀ, ਨਾਨੇ ਨਾਨੀ, ਮਾਂ ਬਾਪ ਜੇ ਨਹੀਂ ਹੈਗੇ ਇਸ ਦੁਨੀਆਂ 'ਤੇ, ਉਹਨਾਂ ਦੀ ਯਾਦ ਦੇ ਵਿੱਚ ਦੋਸਤੋ, ਜਦੋਂ ਕਿਤੇ ਤੁਹਾਨੂੰ ਇੱਦਾਂ ਲੱਗੇ ਵੀ ਮੈਂ ਕਿੱਥੇ ਜਾਵਾਂ, ਮਾਂ ਦੀ ਯਾਦ ਨੂੰ ਸਮਰਪਿਤ, ਦਾਦੇ ਦੀ ਯਾਦ ਨੂੰ, ਦਾਦੀ ਦੀ ਯਾਦ ਨੂੰ, ਨਾਨੇ ਜਾਂ ਨਾਨੀ ਦੀ ਯਾਦ ਨੂੰ ਸਮਰਪਿਤ ਮੈਂ ਕੀ ਕਰਾਂ, ਅਤੇ ਖਿਆਲ ਇਸ ਗੱਲ ਦਾ ਮਨ 'ਚ ਪਹਿਲਾਂ ਲੈ ਕੇ ਆਉ ਵੀ ਇੱਥੇ ਬੜੀ ਜ਼ਰੂਰਤ ਹੈ। ਏਕ ਨੂਰ ਸੇਵਾ ਸੰਸਥਾ ਜਿਹੜੀ ਗਰੀਬਾਂ ਦੇ ਇਲਾਜ ਵਾਸਤੇ ਸਿਵਲ ਹੋਸਪਿਟਲ ਦੇ ਬਾਹਰ ਟੇਬਲ ਲਾਈ ਬੈਠੇ ਆ, ਜਿਹੜੇ ਮੇਰਾ ਖਿਆਲ ਰਾਤ ਨੂੰ ਵੀ ਮੈਂਬਰ ਸਾਹਿਬਾਨ ਡਿਊਟੀ 'ਤੇ ਹਾਜ਼ਰ ਰਹਿੰਦੇ ਆ। ਮੈਂ ਇੱਕ ਦਿਨ ਉੱਪਰ ਵਾਰਡ ਦੇ ਵਿੱਚ ਜਾ ਕੇ ਆਇਆ, ਉਹ ਵਾਰਡ ਜਿਹਦੇ ਵਿੱਚ ਕਿਸੇ ਇੰਜਰਡ ਪਰਸਨ ਦਾ, ਜ਼ਖਮੀ ਹੋਏ ਪਰਸਨ ਦਾ ਕੋਈ ਪਰਿਵਾਰਕ ਮੈਂਬਰ ਨਹੀਂ ਲੱਭਦਾ। ਕਿਹੜਾ ਵਾਰਡ? ਅਨਨੋਨ ਵਾਰਡ, ਅਨਨੋਨ ਵਾਰਡ। ਉੱਥੇ ਕਿਸੇ ਸਮੇਂ ਕੀੜੇ ਚੱਲਦੇ ਹੁੰਦੇ ਸੀ, ਇੰਨੀ ਗੰਦਗੀ ਸੀ ਉੱਥੇ। ਇਹਨਾਂ ਮੈਂਬਰਾਂ ਨੇ ਇਸ ਤਰੀਕੇ ਦੇ ਨਾਲ ਅਨਨੋਨ ਵਾਰਡ ਦੀ ਕਾਇਆ ਕਲਪ ਕੀਤੀ। ਉੱਥੇ ਮੈਂਬਰ ਹੁੰਦੇ ਆ ਸੇਵਾ ਸਫਾਈ, ਉਸ ਅਨਨੋਨ ਪੇਸ਼ੈਂਟ ਦੀ ਜਿਹਦਾ ਪਤਾ ਨਹੀਂ ਲੱਗਦਾ, ਬੇਹੋਸ਼ ਹੋ ਗਿਆ, ਸੁਰਤ ਨਹੀਂ ਰਹੀ, ਉਹਨੂੰ ਪਤਾ ਹੀ ਨਹੀਂ ਗਾ ਵੀ ਮੇਰੇ ਮਾਂ ਬਾਪ, ਭੈਣ ਭਰਾ, ਪਰਿਵਾਰ ਮੇਰਾ ਕਿੱਥੇ ਆ, ਅਤੇ ਉਸ ਵਾਰਡ ਦੀ ਵੀ ਗੁਰੂ ਸਾਹਿਬ ਇਹਨਾਂ ਕੋਲੋਂ ਸੇਵਾ ਲੈ ਕੇ। ਸੋ ਮੈਂ ਜਿੱਥੇ ਇਹਨਾਂ ਮੈਂਬਰਾਂ ਦਾ ਧੰਨਵਾਦ ਕਰਦਾ, ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ, ਵਾਹਿਗੁਰੂ ਕਿਰਪਾ ਕਰੇ ਜਿਹੜੀ ਸੇਵਾ ਇਹਨਾਂ ਨੂੰ ਬਖਸ਼ਿਸ਼ ਕੀਤੀ ਆ।
ਮੇਰਾ ਮੁਜਮੇ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ। ਸੋ ਜਿਹੜੇ ਗੁਰੂ ਸਾਹਿਬ ਵਾਹਿਗੁਰੂ ਇਹਨਾਂ ਕੋਲੋਂ ਸੇਵਾ ਲੈ ਰਹੇ, ਇਸੇ ਤਰੀਕੇ ਸੇਵਾ ਵਾਹਿਗੁਰੂ ਇਹਨਾਂ ਕੋਲੋਂ ਲੈਂਦਾ ਰਹੇ। ਅਤੇ ਤੁਹਾਨੂੰ ਸਾਰੇ ਦੋਸਤਾਂ ਨੂੰ ਅਪੀਲ ਅਤੇ ਬੇਨਤੀ ਹੈ, ਜਦੋਂ ਕੋਈ ਆਪਣੇ ਪੁਰਖਿਆਂ ਦੀ ਯਾਦ ਦੇ ਵਿੱਚ ਦਸਵੰਧ ਦੇਣਾ, ਅਤੇ ਏਕ ਨੂਰ ਸੇਵਾ ਸੰਸਥਾ ਮੈਂ ਸਾਰਿਆਂ ਦਾ ਸ਼ੁਕਰੀਆ ਅਦਾ ਕਰਦਾ। ਦੇਖ ਲਓ ਕਿੰਨੇ ਪੇਸ਼ੈਂਟ ਆ ਸਿਵਲ ਹੋਸਪਿਟਲ 'ਚ ਆਇਆ, ਅਤੇ ਕੈਸੇ ਹਾਲਾਤ ਪੰਜਾਬ ਦੇ ਬਣੇ ਹੋਏ ਆ। ਇਲਾਜ ਦੇ ਨਾਮ ਦੇ ਉੱਤੇ ਸਿਵਲ ਹੋਸਪਿਟਲਾਂ ਦੇ ਵਿੱਚ ਕੀ ਕੁਛ ਆ, ਮੇਰੇ ਤੋਂ ਵੱਧ ਤੁਸੀਂ ਜਾਣ। ਅਤੇ ਪ੍ਰਾਈਵੇਟ ਹੋਸਪਿਟਲਾਂ ਦੇ ਵਿੱਚ ਕਿਵੇਂ ਖੁੰਡੇ ਉਸਤਰੇ ਦੇ ਨਾਲ ਛਿੱਲ ਲੈਂਦੀ ਹੈ। ਮੇਰੇ ਕੋਲ ਐਸੇ ਐਸੇ ਪੇਸ਼ੈਂਟ ਆਉਂਦੇ ਆ ਜਿੱਥੇ ਮਾਂ ਆਪਣੇ ਗਹਿਣੇ ਵੇਚ ਚੁੱਕੀ ਹੁੰਦੀ ਹੈ, ਬਾਪ ਆਪਣਾ ਘਰ ਗਿਰਵੀ ਕਰ ਚੁੱਕਿਆ ਹੁੰਦਾ, ਪੁੱਤ ਸਿਵ ਹੋਸਪਿਟਲ ਦੇ ਵਿੱਚ ਹੁੰਦਾ, ਅਤੇ ਛੁੱਟੀ ਮਿਲਣ ਵੇਲੇ ਉਹਨਾਂ ਕੋਲ ਪੈਸੇ ਨਹੀਂ ਹੁੰਦੇ, ਕਿਉਂਕਿ ਮਾਂ ਨੇ ਗਹਿਣੇ ਵੀ ਵੇਚ ਕੇ ਲਾ ਤੇ ਹੁੰਦੇ ਆ, ਬਾਪੂ ਨੇ ਘਰ ਵੀ ਗਿਰਵੀ ਰੱਖ ਕੇ ਹੋਸਪਿਟਲ ਵਾਲਿਆਂ ਨੂੰ ਦੇਤਾ ਹੁੰਦਾ, ਅਤੇ ਫਾਈਨਲ ਬਿੱਲ ਦੇਣ ਵਾਸਤੇ ਪੈਸੇ ਨਹੀਂ ਹੁੰਦੇ ਉਹਨਾਂ ਕੋਲ। ਅਤੇ ਫਿਰ ਉੱਥੇ ਜਾ ਕੇ ਮਨ ਕਰਦਾ ਵੀ ਇੱਥੇ ਇਨਕਲਾਬ ਜਿੰਦਾਬਾਦ ਬੋਲੀ ਜਾਵੇ। ਅੱਜ ਸਾਡੀ ਅਸਲ ਡਿਵੈਲਪਮੈਂਟ ਜਿਹੜੀ ਐਜੂਕੇਸ਼ਨ ਐਂਡ ਹੈਲਥ, ਅਤੇ ਉਹਦੀ ਹਾਲਾਤ ਕੈਸੇ ਆ ਮੇਰੇ ਤੋਂ ਵੱਧ ਤੁਸੀਂ ਜਾਣਦੇ ਹੋ। ਗੁਰੂ ਸਾਹਿਬ ਕਿਰਪਾ ਕਰਨ, ਐਸਾ ਸਮਾਂ ਆਵੇ ਜਦੋਂ ਅਸਲ ਡਿਵੈਲਪਮੈਂਟ ਦਾ ਮਾਨਾ ਸਰਕਾਰਾਂ ਨੂੰ ਸਮਝ ਆ ਕੇ, ਅਸਲ ਡਿਵੈਲਪਮੈਂਟ ਜਿਹੜੀ ਆ ਉਹ ਐਜੂਕੇਸ਼ਨ ਐਂਡ ਹੈਲਥ, ਆ ਗਲੀ ਨਾਲੀ ਪੁਲ ਸੜਕ ਸੀਵਰ ਸਟਰੀਟ ਲਾਈਟ, ਇਹਦਾ ਨਸੈਸਿਟੀ ਆ, ਆਪਾਂ ਟੈਕਸ ਦਿੰਦੇ ਹਾਂ, ਸਰਕਾਰਾਂ ਨੇ ਡਿਵੈਲਪਮੈਂਟ ਤਾਂ ਕਰਾਉਣੀ ਆ, ਅਸਲ ਡਿਵੈਲਪਮੈਂਟ ਜਿਹੜੀ ਆ ਉਹ ਐਸੀ ਭਗਵਾਨ ਪਾਰ ਬਖਸ਼ਿਸ਼ ਕਰਨ ਕਿ ਸਰਕਾਰਾਂ ਨੂੰ ਸਮਝ ਆ ਜਾਵੇ। ਬਹੁਤ ਬਹੁਤ ਧੰਨਵਾਦ ਦੋਸਤੋ ਤੁਹਾਡਾ, ਗੁਰਪ੍ਰੀਤ ਜੀ ਥੈਂਕ ਯੂ ਵੈਰੀ ਮੱਚ, ਮੋਣਾ ਜੀ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।